ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਸਵਾਗਤ ਆ ਤੁਹਾਡਾ ਮੇਰੇ ਇੱਕ ਨਿਊ ਵਲੋਗ ਦੇ ਵਿੱਚ, ਯਾਨੀ ਨੂਰ ਵਲੋਗ ਚੈਨਲ 'ਤੇ, ਹੈ ਨਾ। ਅਤੇ ਸਭ ਤੋਂ ਪਹਿਲਾਂ ਤਾਂ ਜੀ, ਜੇਕਰ ਆਏ ਹੋ ਚੈਨਲ 'ਤੇ ਫਸਟ ਟਾਈਮ, ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ, ਹੈ ਨਾ। ਤਾਂ ਕਿ ਆਪਾਂ ਹੋਰ ਵੀ, ਹੈ ਨਾ, ਮੈਨੂੰ ਉਤਸ਼ਾਹ ਮਿਲਦਾ ਵੀ ਆਪਾਂ ਹੋਰ ਵੀ ਨਵੀਆਂ ਨਵੀਆਂ ਜਿਹੜੀਆਂ ਵੀਡੀਓ ਨੇ ਵਧੀਆ ਵਧੀਆ ਮੈਂ ਤੁਹਾਡੇ ਅੱਗੇ ਲੈ ਕੇ ਆ ਸਕਾਂ, ਹੈ ਨਾ। ਅਤੇ ਇੱਥੇ ਸੁਬਹਾ ਦਾ ਟਾਈਮ ਹੋ ਚੁੱਕਿਆ, ਬੱਚੇ ਹੁਣ ਲੱਗੇ ਸੀ ਰੈਡੀ, ਅਤੇ ਉਹਨਾਂ ਤੋਂ ਜਾਣ ਤੋਂ ਪਹਿਲਾਂ ਮੈਂ ਲੱਗੀ ਸੀ ਇੱਥੇ ਉਹਨਾਂ ਦੇ ਲਈ ਗਾਜਰਾਂ ਦਾ ਜੂਸ ਬਣਾਉਣ। ਇੱਥੇ ਮੈਂ ਕੁਛ ਗਾਜਰਾਂ ਲਈਆਂ ਨੇ, ਨਾਲ ਹੀ ਲਏ ਨੇ ਸੰਗਤਰੇ, ਅਤੇ ਦੋ ਲਏ ਸੀਗੇ ਮੈਂ ਇੱਥੇ ਅਨਾਰ। ਅਤੇ ਮੈਂ ਕਿਹਾ ਮਿਕਸ ਕਰਕੇ ਚਲੋ ਉਹਨਾਂ ਨੂੰ ਜੂਸ ਬਣਾ ਕੇ ਦੇ ਦਾਂਗੇ, ਤਾਂ ਕਿ ਜਿਹੜੇ ਆ ਗਾਜਰਾਂ ਦੇ ਵਿੱਚ ਮਿਠਾਸ ਵੀ ਆਵੇ ਅਤੇ ਖੱਟਾਪਣ ਵੀ, ਅਤੇ ਨਾਲ ਹੀ ਅਨਾਰ। ਉੱਦਾਂ ਤਾਂ ਬੱਚੇ, ਹੈ ਨਾ, ਨਹੀਂ ਇੱਦਾਂ ਦੇ ਜਿਹੜੀ ਵੈਜੀਟੇਬਲ ਵਗੈਰਾ ਜਾਂ ਫਲ ਵਗੈਰਾ ਬਹੁਤ ਘੱਟ ਖਾਂਦੇ ਆ, ਹੈ ਨਾ। ਅਤੇ ਤਾਂ ਕਿ ਜੂਸ ਦੇ ਵਿੱਚ, ਹੈ ਨਾ, ਸਾਰੀਆਂ ਐਡ ਕਰਕੇ ਥੋੜ੍ਹਾ ਜਿਹਾ ਟੇਸਟੀ ਵੀ ਬਣ ਜਾਂਦਾ ਅਤੇ ਬੱਚੇ ਖਾਣ ਪੀਣ ਨੂੰ, ਹੈ ਨਾ, ਪਸੰਦ ਵੀ ਕਰਦੇ ਨੇ। ਅਤੇ ਇੱਥੇ ਮੈਂ ਉਹੀ ਲੱਗੀ ਸੀ ਤਿਆਰੀ ਕਰਨ, ਮੈਂ ਕਿਹਾ ਜੇਕਰ ਬੱਚੇ ਦਾ ਟਿਫਨ ਵਗੈਰਾ ਲਈ ਰੋਟੀ ਵਗੈਰਾ ਬਣਾ ਤੀ, ਫਿਰ ਉਹਨਾਂ ਨੇ ਰੋਟੀ ਖਾਣ ਲੱਗ ਜਾਣਾ, ਟਿਫਨ ਜਾਣੇ ਪਰਾਂਠਾ ਵਗੈਰਾ ਖਾਣ ਲੱਗ ਜਾਣਗੇ, ਪਹਿਲਾਂ ਜੂਸ ਬਣਾ ਦੀ ਉਹਨਾਂ ਦੇ ਲਈ। ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ? ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਲਓ ਜੀ, ਸਵੇਰ ਦੇ 6:45 ਦਾ ਟਾਈਮ ਹੋ ਗਿਆ, ਝਾੜੂ ਵਗੈਰਾ ਮੈਂ ਲਗਾ ਦਿੱਤਾ ਸੀ ਇੱਥੇ ਬਾਹਰ, ਅਤੇ ਨਾਲ ਦੀ ਨਾਲ ਮੈਂ ਆਟਾ ਵੀ ਆਪਦਾ ਗੁੰਨ ਕੇ ਰੱਖ ਦਿੱਤਾ ਬੱਚਿਆਂ ਲਈ। ਅਤੇ ਹੁਣ ਬਣਾਇਆ ਗਾਜਰਾਂ ਦਾ ਜੂਸ, ਅਤੇ ਗਾਜਰਾਂ ਅਤੇ ਆਪਾਂ ਨੇ ਪਾਏ ਨੇ ਇੱਕ ਦੋ ਅਨਾਰ ਪਾਏ ਨੇ ਵਿੱਚ, ਅਤੇ ਨਾਲੇ ਪਾਏ ਨੇ ਦੋ ਸੰਤਰੇ। ਅਤੇ ਲਓ ਜੀ, ਆਪਾਂ ਪਹਿਲਾਂ ਬੱਚਿਆਂ ਨੂੰ ਜੂਸ ਸਰਵ ਕਰੇ ਜੀ, ਅੱਜੋ ਤੁਸੀਂ ਵੀ ਪੀ ਲਓ ਜੀ। ਜੂਸ ਆਪਣਾ ਬਣ ਕੇ ਤਿਆਰ ਆ, ਨਾਲ ਹੀ ਮੈਂ ਗਿਲਾਸ ਵੀ ਆਪਣੇ ਤਿਆਰ ਕਰ ਲਏ ਨੇ, ਤੁਸੀਂ ਵੀ ਪੀ ਲਓ ਆਪਣਾ ਜੂਸ ਆ ਕੇ, ਗਾਜਰਾਂ ਦਾ ਅਤੇ ਸੰਤਰੇ ਦਾ ਅਤੇ ਅਨਾਰ। ਬੱਚਿਆਂ ਨੂੰ ਆਪਾਂ ਪਹਿਲਾਂ ਸਰਵ ਕਰ ਦਈਏ, ਨਾਲ ਹੀ ਦੇਵਾਂਗੇ ਪਾਪਾ ਜੀ ਨੂੰ। ਪਾਪਾ ਜੀ ਇਹ ਗਲਾਸ 'ਚ ਨਹੀਂ ਪੀਂਦੇ, ਮੈਂ ਦੂਜੇ ਦੀ ਦੇਵਾਂਗੇ। ਕਿਉਂ ਲਓ ਜੀ, ਨੂਰ ਜੀ ਦਾ ਜਸ ਵੀ ਵੱਡੀ ਬੇਟੀ ਵੀ ਤਾਂ ਆ ਗਈ ਫਰਮਾਇਸ਼, ਕਹਿੰਦੀ ਮੈਨੂੰ ਤਾਂ ਥੋੜ੍ਹਾ ਪਾਇਓ ਦੇ। ਬੇਟੀ ਚੱਲੀ ਆ ਸਰਵ ਕਰਨ, ਚਾਹੂੰਗਾ ਹੁਣ ਅੰਦਰ ਅਸੀਂ ਆਪਦਾ ਪੀਂਦੇ ਹਾਂ ਬਾਅਦ 'ਚ। ਬੱਚੇ ਆਪਦਾ ਹੋ ਰਹੇ ਨੇ ਤਿਆਰ ਸਕੂਲ ਦੇ ਲਈ, ਨੂਰ ਨੂੰ ਤਾਂ ਬਾਹਲਾ ਚਾਹ ਚੜਿਆ ਹੋਇਆ ਜੂਸ ਪੀਣ ਦਾ। ਛੱਡ ਦੂੰਗਾ, ਪੂਰਾ ਪੀਣਾ ਬਣਾ, ਪੂਰਾ ਪੀਣਾ ਪੀਣਾ। ਉੱਤੇ ਨਾ ਬੈਠ, ਇਧਰਲੀ ਸਾਈਡ ਹੋ ਜਾ ਮੰਮੀ, ਇੱਧਰ ਦੇ ਕੀ ਨਾ ਵੀਡੀਓ ਚੱਲੀ ਜਾਂਦੀ ਆ, ਦੂਰੀ ਬਾਤ ਲਗਾਵਾਂਗੇ। ਥੋੜਾ ਪੀਲਾ ਬੇਟੇ, ਥੋੜਾ ਪੀਲਾ, ਉਹਨੇ ਵੀ ਰੱਖਦਾ ਦੇਖੀ, ਥੋੜਾ ਪੀਲਾ। ਚੱਲ ਚੰਗਾ, ਤੈਨੂੰ ਥੋੜਾ ਦਿੰਦੇ ਆ, ਲੈ ਮੈਂ ਤੇ ਬਾਲ ਲਾ ਦਾ। ਨੂਰ ਆਪਣਾ ਹੋ ਗਿਆ ਤਿਆਰ, ਤੇ ਵੱਡੀ ਬੇਟੀ ਵੀ
ਇਹ ਵੀ ਹੋ ਰਹੀ ਆਪਣੀ ਜਸ ਜਸ ਬੋਲ ਕੁਛ ਹੈਲੋ ਹੋਰ ਕੁਛ ਬੋਲ ਜੀ ਬੋਲਦਾ ਹੁਣ ਇੱਕ ਆਂਟੀ ਨੇ ਕਮੈਂਟ ਕੀਤਾ ਸੀ ਕਹਿੰਦੇ ਆਪਣੇ ਬੱਚਿਆਂ ਨੂੰ ਵੀ ਕਿਆ ਕਰੋ ਵਿੱਚ ਬੋਲਿਆ ਕਰਨਾ ਬੋਲ ਹੁਣ ਕੁਛ ਅੱਜ ਬੋਲ ਪਾ ਨੂਰ ਬੋਲੂਗਾ ਹੈ ਹੈਲੋ ਕੁਛ ਹੋਰ ਕਹਿ ਬੋਲ ਕੁਛ ਸਾਫ ਕਰ ਦੇ ਜੈਸੇ ਬੋਲ ਸੰਗ ਕੇ ਪੜਦੇ ਦੇ ਵਿੱਚ ਵੱਡੀ ਆ ਰਹੀ ਦੇਖੇ ਸੰਗ ਦੀ ਮਾਰੀ ਪੜਦੇ ਚ ਉੱਡੀ ਜਾਂਦੀ ਸਾਡੀ ਜੈਸ ਲਓ ਜੀ ਆਪਾਂ ਪਹਿਲਾਂ ਬੱਚਿਆਂ ਨੂੰ ਕਰ ਦਈਏ ਤਿਆਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਅਤੇ ਬੱਚੇ ਆਪਣੇ ਚਲੇ ਗਏ ਨੇ ਸਕੂਲ 9 ਵੱਜ ਚੁੱਕੇ ਨੇ 9:15 ਹੋ ਗਿਆ ਤਕਰੀਬਨ ਟਾਈਮ ਅਤੇ ਮੈਂ ਥੋੜ੍ਹੀ ਮੋਟੀ ਚੱਕਦਾਰ ਆ ਜਿਹੜੀ ਉਹ ਕਰ ਦਿੱਤੀ ਹੈਗੀ ਅਤੇ ਰਜਾਈਆਂ ਵਗੈਰਾ ਟਹਿ ਕਰਕੇ ਮੈਂ ਇੱਥੇ ਹੀ ਰੱਖ ਦਿੰਦੀ ਕਿਉਂਕਿ ਸਾਡੇ ਹੋਰ ਕੋਈ ਜਿਹੜੀ ਜਗ੍ਹਾ ਨਹੀਂ ਹੈਗੀ ਤਾਂ ਕਰਕੇ ਮੈਂ ਇੱਥੇ ਇਸ ਬੈੱਡ ਦੀ ਹੈ ਨਾ ਰੱਖ ਕੇ ਉੱਪਰ ਦੀ ਹੈ ਨਾ ਕੱਪੜਾ ਵਗੈਰਾ ਪਾ ਕੇ ਰੱਖ ਦੂੰਗੀ ਅਤੇ ਰਸੋਈ ਦਾ ਹਾਲ ਦਿਖਾਵਾਂ ਤੁਹਾਨੂੰ ਉਹ ਵੀ ਸਾਰਾ ਹਾਲੇ ਮੇਰਾ ਉੱਤੇ ਹੀ ਪਿਆ ਅਗਲੇ ਸਮਾਨ ਸਮੇਟਣ ਵਾਲਾ ਬਰਤਨ ਵਗੈਰਾ ਵੀ ਪਏ ਨੇ ਹਾਲੇ ਸਾਫ਼ ਕਰਨ ਵਾਲੇ ਉਹ ਜਿਹੜਾ ਜੂਸ ਬਣਾਇਆ ਸੀ ਉਹ ਬਸ ਧੋ ਕੇ ਰੱਖ ਦਿੱਤਾ ਸੀ ਸਾਰਾ ਸਮੇਟਣ ਵਾਲਾ ਪਿਆ ਹਾਲੇ ਨੀਚੇ ਦਾ ਵੀ ਹਾਲ ਇੱਦਾਂ ਦਾ ਹੋਇਆ ਪਿਆ ਸਾਰਾ ਅਤੇ ਇੱਧਰ ਬਸ ਉੱਧਰ ਆਉਂਦਾ ਥੋੜ੍ਹਾ ਮੋਟਾ ਇਸਤੀਫੇ ਵਗੈਰਾ ਜੀ ਸੈੱਟ ਕਰੇ ਸੀ ਜਿਹੜਾ ਹੈੱਟ ਵਗੈਰਾ ਹੈ ਨਾ ਅਤੇ ਹੋਰ ਹਾਲੇ ਸਾਰੀ ਸੈਟਿੰਗ ਮੇਰੀ ਘਰ ਨਾਲ ਹੀ ਪਿਆ ਸੂਟ ਕੱਠਿਆ ਸੀ ਉਹ ਮੈਂ ਚੱਕ ਕੇ ਇੱਥੇ ਰੱਖਿਆ ਪਿਆ ਹਾਂ ਜੋ ਵੀ ਕਰਨਾ ਮੈਂ ਸਿਲਾਈ ਬਸ ਹੁਣ ਲੱਗਦੀ ਹਾਂ ਛੇਤੀ ਛੇਤੀ ਕੰਮ ਕਰਨ ਕੱਲ੍ਹ ਤਾਂ ਮੈਂ 10:30 ਨੂੰ 10:15 ਨੂੰ ਵਿਹਲੀ ਹੋ ਗਈ ਸੀ ਇੱਧਰ ਮੈਂ ਮਸ਼ੀਨ ਚ ਪਾ ਦਿੱਤੇ ਕੱਪੜੇ ਆ ਧੋਣੇ ਵੀ ਆਪਣੇ ਕੱਪੜੇ ਵੀ ਧੋਤੇ ਜਾਣਗੇ ਥੋੜ੍ਹੇ ਜਿਹੇ ਸੀਗੇ ਕੱਪੜੇ ਧੋਣ ਵਾਲੇ ਵੀ ਕੱਲ੍ਹ ਆਪਾਂ ਜਾਣਾ ਹੈ ਨਾ ਪ੍ਰੋਗਰਾਮ 'ਤੇ ਅਤੇ ਪਾਰਟੀ 'ਤੇ ਹੈ ਨਾ ਤਾਂ ਕਰਕੇ ਅੱਜ ਆਪਾਂ ਜਿਹੜਾ ਕੰਮ ਆਪਦਾ ਛੇਤੀ ਛੇਤੀ ਹੈ ਨਾ ਮੈਂ ਸਮੇਟਦਾ ਫਿਰ ਮੈਂ ਆਪਦਾ ਸੂਟ ਵੀ ਸਿਲਾਈ ਕਰਾਂ ਤੁਹਾਨੂੰ ਪਤਾ ਆਪਦਾ ਸੂਟ ਦਾ ਮੈਨੂੰ ਬਿਲਕੁਲ ਵੀ ਨਹੀਂ ਹੈ ਨਾ ਬਣਦਾ ਅੱਜ ਮੈਨੂੰ ਕਾਲ ਹੋ ਗਿਆ ਮੈਂ ਬਣਾ ਲਾ ਪਹਿਲਾਂ ਤਾਂ ਮੈਂ ਰੈ ਮਿਸ ਕਰਤੀ ਵੀ ਚਲੋ ਮੈਂ ਨਹੀਂ ਬਣਾਉਂਦੀ ਹੋਰ ਕੋਈ ਪਾ ਜਾਊਂ ਪਰ ਬੇਟੀ ਕਹਿੰਦੀ ਨਹੀਂ ਮੰਮਾ ਵੀ ਪਾ ਕੇ ਜਾਣਾ ਤੁਸੀਂ ਫਿਰ ਉਹ ਜੀ ਆਪਾਂ ਕਰਦੇ ਹਾਂ ਕੰਮ ਸ਼ੁਰੂ ਲਓ ਜੀ ਇੱਥੇ ਮੈਂ ਹੋ ਗਈ ਸੀ ਸ਼ੁਰੂ ਆਪਦੇ ਕੰਮਾਂ 'ਤੇ ਹੈ ਨਾ ਜਾਣੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਇਹ ਕੰਬਲ ਨੇ ਉਹਨਾਂ ਦੇ ਉੱਤੇ ਜਿਹੜੀ ਛੋਟੀ ਚਾਦਰ ਆ ਜਾਣੀ ਉਹ ਪਾ ਦੂੰਗੀ ਅਤੇ ਬੱਚੇ ਚਲੇ ਗਏ ਸੀ ਇੱਥੇ ਸਕੂਲ ਅਤੇ ਨਾਲ ਹੀ ਉਹਨਾਂ ਦੇ ਪਾਪਾ ਨੇ ਜਿਹੜੇ ਉਹ ਚਲੇ ਗਏ ਸੀਗੇ ਕੰਮ 'ਤੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਮੇਰਾ ਜਿਹੜਾ ਘਰ ਦਾ ਡੇਲੀ ਰੂਟੀਨ ਦਾ ਲਾ ਲਓ ਹੈ ਨਾ ਸਫਾਈ ਦਾ ਕੰਮ ਆ ਕੁਛ ਵੀ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਸ਼ੁਰੂ ਕਰਦੀ ਹਾਂ ਤਾਂ ਕਿ ਜਿੰਨਾ ਚਿਰ ਉਹ ਹੁੰਦੇ ਆ ਫਿਰ ਤਾਂ ਉਹਨਾਂ ਦੀ ਤਿਆਰੀ 'ਚ ਟਾਈਮ ਜਿਹੜਾ ਲੰਘ ਜਾਂਦਾ ਹੈ ਨਾ ਵਿੱਚ ਦੀ ਕੁਛ ਵੀ ਇੱਦਾਂ ਹੁੰਦਾ ਵੀ ਕਿਤੇ ਬੱਚੇ ਨਾ ਕੋਈ ਆਪਦੀ ਪੈੱਨ ਕਾਪੀ ਲਾ ਲਓ ਕੁਛ ਵੀ ਭੁੱਲ ਜਾਣ ਜਾਂ ਫਿਰ ਇਹਨਾਂ ਦੇ ਪਾਪਾ ਨੇ ਹੈ ਨਾ ਤਿਆਰ ਹੋਣਾ ਹੁੰਦਾ ਉਹਨਾਂ ਨੂੰ ਕੱਪੜਾ ਜਿਹੜਾ ਦੇਣਾ ਕਰਨਾ ਤਾਂ ਕਰਕੇ ਤਾਂ ਇਸ ਸਾਰੇ ਕੰਮ ਨੇ ਮੈਂ ਉਹਨਾਂ ਤੋਂ ਜਾਣ ਤੋਂ ਬਾਅਦ ਫਰੀ ਮਾਈਂਡ ਹੋ ਕੇ ਹੈ ਨਾ ਵੀ ਕੋਈ ਆਪਣੇ ਦਿਮਾਗ 'ਤੇ ਫਿਰ ਸਟ੍ਰੈਸ ਵਗੈਰਾ ਨਹੀਂ ਹੁੰਦਾ ਵੀ ਕਿਸੇ ਨੂੰ ਕੰਮ 'ਤੇ ਭੇਜਣਾ ਹੈ ਨਾ ਜਾਂ ਫਿਰ ਬੱਚਿਆਂ ਨੇ ਜਾਣਾ ਸਕੂਲ ਕਿਤੇ ਲੇਟ ਨਾ ਹੋ ਜਾਣ ਇਹ ਸਾਰੇ ਕੰਮ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਕਰਨ ਲੱਗਦੀ ਹਾਂ ਹੈ ਨਾ ਥੋੜ੍ਹੀ ਮੋਟੀ ਜਿਹੜੀ ਚੱਕ ਥਾਰ ਆ ਮੈਂ ਉਹ ਸ਼ਾਮ ਨੂੰ ਹੀ ਕਰਕੇ ਕਰਦੇ ਨਹੀਂ ਹੁੰਦੇ ਜਾਣੀ ਪੈਣ ਦੇ ਲੱਗੇ ਹੈ ਨਾ ਜਦੋਂ ਆਪਾਂ ਬਾਹਰ ਹੁੰਦਾ ਸਾਰਾ ਕੁਛ ਵੀ ਜਿਹੜਾ ਸਵੇਰੇ ਆਪਣਾ ਜ਼ਿਆਦਾ ਕੰਮ ਜਿਹੜਾ ਨਾ ਵਧੇ ਪਰ ਫਿਰ ਵੀ ਜਦੋਂ ਬੱਚੇ ਸਕੂਲ ਜਾਂਦੇ ਆ ਕਾਹਲੀ ਕਾਹਲੀ ਛਾ ਨਾ ਖਿਲਾਰਾ ਜਿੱਦਾਂ ਹਰੇਕ ਮੈਨੂੰ ਲੱਗਦਾ ਹਰੇਕ ਭੈਣ ਦੇ ਘਰ ਪੈ ਹੀ ਜਾਂਦਾ ਹੋਣਾ ਹੈ ਨਾ
ਜਦੋਂ ਇੱਕ ਵਾਰੀ ਬੱਚੇ ਚਲੇ ਜਾਣ, ਇਹ ਚਲੇ ਜਾਣ, ਫਿਰ ਆਪਾਂ ਸਾਰਾ ਕੁਛ ਆ ਜਿਹੜਾ ਆਪਦਾ ਸਮੇਟਣ ਲੱਗ ਜਾਂਦੇ ਹਾਂ। ਅਤੇ ਲਓ ਜੀ, ਇੱਥੇ ਇਹ ਨਾ ਛੋਟੇ ਛੋਟੇ ਜਿਹੇ ਖਰਗੋਸ਼ ਜਿਹੇ ਲਿਆ ਰੱਖੇ ਸੀ, ਤਕਰੀਬਨ ਹੋ ਗਏ ਸੀ ਇਹਨਾਂ ਨੂੰ 3-4 ਸਾਲ। ਇਹ ਉੱਪਰੋਂ ਤਾਂ ਨਾ ਬਹੁਤ ਖਰਾਬ ਜਿਹੇ ਹੋਏ ਪਏ ਸੀਗੇ, ਜਾਣੀ ਪਾਟ ਪੂਟ ਜਿਹੇ ਗਏ ਸੀਗੇ। ਅਤੇ ਮੈਂ ਕਿਹਾ ਇਹਨਾਂ ਨੂੰ ਵੈਸੇ ਹੀ ਖਿੱਟਣ ਦੀ ਬਜਾਏ ਮੈਂ ਜਿਹੜੇ ਇਹਨਾਂ ਦੇ ਵਿਚਲੀ ਫਾਈਬਰ ਹੁੰਦੀਆਂ ਹਨ, ਮੈਂ ਇਹ ਦੋ ਤਾਂ ਮੇਰੇ ਕੋਲ ਇਹ ਵਾਲੇ ਜਿਹੜੇ ਖਰਗੋਸ਼ ਜਿਹੇ ਸੀਗੇ, ਅਤੇ ਇੱਕ ਮੇਰੇ ਕੋਲ ਪਿਆ ਸੀ ਟੈਡੀ। ਮੈਂ ਕਿਹਾ ਇਹਨਾਂ ਦੇ ਵਿਚਲੀ ਫਾਈਬਰ ਕੱਢ ਕੇ ਇੱਕ ਛੋਟਾ ਜਿਹਾ ਪੇਲੋ ਬੱਚਿਆਂ ਦੇ ਲਈ ਤਿਆਰ ਕਰ ਦਾਂਗੇ, ਹੈ ਨਾ। ਅਤੇ ਨਾਲ ਤਾਂ ਆਪਣੀ ਜਿਹੜੀ ਫਾਈਬਰ ਆ ਉਹ ਕੰਮ ਆ ਜੂਗੀ, ਅਤੇ ਨਾਲੇ ਆਪਣੀ ਹੈ ਨਾ ਵੀ ਜਿਹੜੇ ਖਰਾਬ ਜਿਹੇ ਸ਼ਹਿਰ ਨੇ ਉਹ ਪਏ ਬੁਰੇ ਨਹੀਂ ਲੱਗਣਗੇ, ਹੈ ਨਾ। ਅਤੇ ਇੱਥੇ ਮੈਂ ਲੱਗੀ ਸੀ ਆਪਣੇ ਕਿਚਨ ਨੂੰ ਸਮੇਟਣ, ਹੈ ਨਾ। ਚਾਦਰ ਵਗੈਰਾ ਅੰਦਰ ਸਾਰਾ ਕੁਛ ਚੱਕ ਧਰ ਕਰਕੇ, ਸਾਰਾ ਅੰਦਰਲਾ ਕੰਮ ਉੱਧਰਲਾ ਸਮੇਟ ਕੇ ਮੈਂ ਇੱਥੇ ਆ ਗਈ ਸੀ ਕਿਚਨ ਦੇ ਵਿੱਚ, ਤਾਂ ਕਿ ਮੈਂ ਜਿਹੜਾ ਕੋਈ ਵੀ ਕੰਮ ਆ, ਹੈ ਨਾ, ਇੱਕ ਇੱਕ ਸਾਈਡ ਨੂੰ ਲੈ ਕੇ ਚੱਲਦੀ ਹਾਂ। ਵੀ ਪਹਿਲਾਂ ਰੂਮ 'ਚੋਂ ਸੈਟਿੰਗ ਕਰ ਲਈ, ਫਿਰ ਸਟੋਰ 'ਚ ਚਲੇ ਗਏ, ਉੱਧਰੋਂ ਕਰਦੀ, ਹੈ ਨਾ, ਜਿੱਥੇ ਬੰਦਾ ਮੇਨ ਸਾਨੂੰ ਪਹਿਲਾਂ ਆ ਕੇ ਬਹਿੰਦਾ। ਅਤੇ ਲਓ ਜੀ, ਇੱਥੇ ਮੈਂ ਕੱਪੜੇ ਧੋ ਕੇ ਆਪਣੇ ਲਾ ਦਿੱਤੇ ਨੇ ਸੁੱਕਣੇ। ਹਲਕੀ ਜਿਹੀ ਉੱਥੇ ਬੱਦਲਬਾਜੀ ਵੀ ਹੋ ਪਈ ਸੀ, ਨਾਲੇ ਹਲਕੀ ਜਿਹੀ ਧੁੱਪ ਸੀਗੀ। ਬੱਚਿਆਂ ਦੇ ਕੱਪੜੇ ਆਪਾਂ ਲਈ ਤਾਰ ਦਿੱਤੇ, ਇੱਧਰ ਧੁੱਪ ਵਾਲੀ ਸਾਈਡ ਪਾ ਦਿੱਤੇ, ਤਾਂ ਕਿ ਉਹ ਕੋਟੀਆਂ ਵਗੈਰਾ ਨੇ ਛੇਤੀ ਸੁੱਕ ਜਾਣਗੀਆਂ। ਅਤੇ ਕਿਚਨ 'ਚ ਆ ਕੇ ਮੈਂ ਇੱਥੇ ਲੱਗੀ ਸੀਗੀ ਰਾਜਮਾਂਹ ਪਿਓਣ ਸ਼ਾਮ ਦੀ ਸਬਜ਼ੀ ਦੇ ਲਈ। ਇਹ ਦੇਖੋ ਨੂਰ ਮੇਰੇ ਨਾਲ ਕਰਾ ਰਹੀ ਹੈ ਇੱਥੇ ਹੈਲਪ। ਪਹਿਲਾਂ ਮੈਂ ਕੱਪੜੇ ਤਾਰਾਂ ਵਗੈਰਾ ਤੋਂ ਉਤਾਰ ਕੇ ਲਿਆਈ ਸੀ, ਫਿਰ ਛੋਟੀ ਬੇਟੀ ਜਾਣੀ ਆਪਣੀ ਨੂਰ ਕਹਿੰਦੀ ਵੀ ਦੀਦੀ ਅੱਜ ਆਪਾਂ ਮੰਮਾ ਨਾਲ ਹੈਲਪ ਕਰਵਾਈਏ। ਵਿਚਾਰੀ ਆਪਣੀ ਮੰਮਾ ਇਕੱਲੀ ਕੰਮ ਕਰਦੀ ਫਿਰਦੀ ਹੈ। ਮੈਂ ਇਹ ਦੇਖ ਕੇ ਮੈਂ ਕਿਹਾ ਬਹੁਤ ਹੱਸੀ, ਮੈਂ ਕਿਹਾ ਦੇਖੀ ਛੋਟੀਆਂ ਛੋਟੀਆਂ ਨੇ ਵੀ ਕਿੰਨਾ, ਹੈ ਨਾ, ਦੇਖਦੀਆਂ ਨੇ, ਹੈ ਨਾ, ਵੀ ਹਾਂ ਮੰਮਾ ਵਿਚਾਰੀ ਇਕੱਲੀ ਕੰਮ ਕਰ ਰਹੀ ਆ। ਅਤੇ ਕਹਿੰਦੀ ਮੰਮਾ ਮੈਂ ਮੰਜੇ ਵਾਲੇ ਕੱਪੜੇ ਨਾ ਜਰਾਬਾਂ ਵਗੈਰਾ ਮੈਂ ਮੰਜੇ 'ਤੇ ਸੁੱਕਣੀਆਂ ਪਾ ਰੱਖਿਆ ਸੀ। ਮੰਮਾ ਕਹਿੰਦੀ ਮੈਂ ਨਾ ਆਪੇ ਲਿਆਊਂਗੀ, ਉਹ ਤੁਸੀਂ ਰਹਿਣ ਦਿਓ, ਬਸ ਮੈਂ ਆਪੇ ਲਿਆਊਂਗੀ। ਲਿਆ ਲਿਆ ਕੇ ਇਹਨੇ ਦੇਖੋ ਇੱਥੇ ਨਾਲ ਹੀ ਵੱਡੀ ਦੀਦੀ ਨੂੰ ਵੀ ਆਪਣੀ ਨੂੰ ਕੰਮ ਲਾ ਲਿਆ। ਅਤੇ ਆਹ ਦੇਖੋ ਇਹਦੀ ਮਸਤੀ, ਸਾਰਾ ਦਿਨ ਜਦੋਂ ਆ ਜਾਂਦੀਆਂ ਨਾ ਉਹੀ ਗੱਲ ਕਹਿ ਦਿੰਦੀਆਂ ਨਾ ਵੀ ਰੌਣਕ ਲਾਈ ਰੱਖਦੀ ਹੈ, ਇਹਦੇ ਬਿਨਾਂ ਤਾਂ ਜਾਣੀ ਘਰ ਆ ਜਿਹੜਾ ਸਾਡਾ ਸੁੰਨਾ ਹੀ ਲੱਗਦਾ ਗਾ। ਅਤੇ ਜਦੋਂ ਇਹ ਨਹੀਂ ਹੁੰਦੀ ਤਾਂ ਮੇਰਾ ਤਾਂ ਬਿਲਕੁਲ ਵੀ ਨਹੀਂ ਜੀ ਲੱਗਦਾ। ਕਹਿੰਦੇ ਬੱਚੇ ਦਾ ਨਾ ਅੱਡੋ ਅੱਡੀ ਮੋਹ ਹੁੰਦਾ, ਜਿਵੇਂ ਵੱਡੀ ਬੇਟੀ ਨਾਲ ਅੱਡ, ਹੈ ਨਾ, ਦੂਜੀ ਨਾਲ ਅੱਡ, ਛੋਟੀ ਨਾਲ ਅੱਡ, ਹੈ ਨਾ, ਮੋਹ ਹੁੰਦਾ ਮਾਂ ਪਿਓ ਦਾ। ਅਤੇ ਇੱਥੇ ਮੈਂ ਲੱਗੀ ਸੀ ਆਪਣਾ ਜਿਹੜਾ ਸੂਟ ਆ ਉਹ ਸਟਿਚਿੰਗ ਕਰਨ ਵੀ, ਇੱਥੇ ਮੈਂ ਲੱਗ ਗਈ ਸੀਗੀ। ਅਤੇ ਹੁਣ ਇਹ ਚੱਲੀਆਂ ਸੀ ਬਾਹਰ, ਹੈ ਨਾ, ਖੇਡਣ ਦੇ ਲਈ ਆਪਦਾ। ਲਓ ਜੀ, ਕਿਚਨ ਦੇ ਵਿੱਚ ਮੇਰੇ ਪਏ ਸੀ ਬਰਤਨ, ਉਹ ਸਮੇਟੂੰਗੀ। ਪਹਿਲਾਂ ਤਾਂ ਮੈਂ ਨਾਲ ਹੀ ਇੱਥੇ ਮੈਂ ਗਈ ਸੀ ਆਪਦਾ ਨਹਾ ਕੇ ਆਈ ਸੀਗੀ, ਮਹਿੰਦੀ ਲਗਾਈ ਸੀ ਇਸ ਦਿਨ ਮੈਂ ਬਾਲਾਂ 'ਤੇ, ਅਤੇ ਉਹਨਾਂ ਨੂੰ ਲੱਗੀ ਸੀ ਮੈਂ ਡਰਾਈਵ ਕਰਨ। ਉਹਨੂੰ ਐਂ ਮਸਤੀ ਕਰ ਰਹੀ ਹੈ ਵੀ ਇਹਨੂੰ ਮੋਬਾਇਲ ਚਾਹੀਦਾ ਹੁਣ, ਕਿਉਂਕਿ ਮੈਂ ਨਾ ਪਹਿਲਾਂ ਮੈਂ ਵਲੌਗ ਜਿਹੜੀਆਂ ਮੇਰੀਆਂ ਭੈਣਾਂ ਨੂੰ ਦੇਖਦੀ ਹਾਂ ਨਾ, ਮੈਂ ਰੋਟੀ ਵਗੈਰਾ ਬਣਾਉਂਦੀ ਹਾਂ। ਆਪਾਂ ਇੱਥੇ ਵੀਡੀਓ ਦਾ ਕਰਦੇ ਹਾਂ ਐਂਡ, ਜੇਕਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਹੈ ਨਾ, ਅਤੇ ਲਾਈਕ, ਅਤੇ ਅੱਗੇ ਆਪਦੇ ਫੈਮਿਲੀ ਸਰਕਲ 'ਚ ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਹੈ ਨਾ, ਅਤੇ ਕਮੈਂਟ ਕਰਕੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਜਿਹੜੇ ਕਿੱਦਾਂ ਦੀ ਲੱਗਦੀ, ਹੈ ਨਾ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀ ਮੇਰੀ ਭੈਣ, ਹੈ ਨਾ, ਵੀ ਕਮੈਂਟ ਵਗੈਰਾ ਕਰਦੇ ਆ, ਹੈ ਨਾ। ਮੈਨੂੰ ਹੋਰ ਵੀ ਉਹ ਹੁੰਦਾ ਵੀ ਹਾਂ ਆਪਾਂ ਹੋਰ ਵੀ ਵੀਡੀਓ ਜਿਹੜੀ ਵਧੀਆ ਬਣਾਈਏ, ਹੈ ਨਾ। ਅਤੇ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਹੀ ਆਪਾਂ ਨੇ ਅੱਗੇ ਵਧਣਾ, ਹੈ ਨਾ। ਚਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਦੇ ਹਾਂ।